ਸਾਰਾ ਦਾ ਇੱਕ ਇੱਕ ਪਰਪਸ ਹੁੰਦਾ ਲਾਈਫ ਵਿੱਚ ਮੈਂ ਇਥੇ ਸਾਰਾ ਨੂੰ ਫਰੀडम ਸਿਖਾਣ ਆਈ ਆਈ ਐਮ ਹਿਅਰ ਟੂ ਟੀਚ ਪੀਪਲ ਦਾ ਯੂ ਕੈਨ ਲਿਵ ਅ ਲਾਈਫ ਦੈ ਯੂ ਕੈਨ ਦੈ ਯੂ ਕੈਨ ਡਰੀਮ ਆਫ ਯੂ ਨੋ ਐਂਡ ਇਸ ਕਰਕੇ ਸ਼ੁਰੂ ਤੋਂ ਆਈ ਜਸਟ ਵਾਂਟਡ ਟੂ ਲਿਵ ਅ ਲਾਈਫ ਦੈ ਵੁਡ ਸੈਟ ਐਨ ਐਗਜ਼ਾਮਪਲ ਫਾਰ ਦ ਰੈਸਟ ਆਫ ਦ ਗਰਲਸ ਕਿ ਆ ਕਰ ਸਕਦੀ ਤੇ ਆਪਾਂ ਵੀ ਕਰ ਸਕਦੇ ਹਾਂ ਸੋ ਬੇਬਾਕ ਤਾਂ ਮੈਂ ਨਹੀਂ ਕਵਾਂਗੀ ਆਪਣੇ ਆਪ ਨੂੰ ਬਟ ਆਈ think ਆਈ ਐਮ ਵੈਰੀ ਫਰੀ ਅੱਛਾ ਜੀ ਮਤਲਬ ਵਹੀਂ ਗਲਤ ਕਹਿਤਾ ਹਾਂਜੀ ਬਿੰਦਾਸ ਪੁਣਾ ਔਰ ਇਹ ਗੱਲ ਬਿਲਕੁਲ ਸਹੀ ਹੈ ਫ੍ਰੀडम ਦੀ ਗੱਲ ਜਿੱਥੇ ਤੱਕ ਫ੍ਰੀडम ਦੀ ਗੱਲ ਆ ਕਿ ਬਹੁਤ ਘੱਟ ਕੁੜੀਆਂ ਐਸੀ ਹੁੰਦੀਆਂ ਨੇ ਕਿ ਗਾਣੇ ਆਪ ਲਿਖਦੀਆਂ ਵੀ ਆ ਹਾਂ ਤੁਸੀਂ ਗਾਣੇ ਆਪ ਲਿਖਦੇ ਵੀ ਹੋ ਹਾਂਜੀ ਸਭ ਤੋਂ ਪਹਿਲਾ ਗਾਣਾ ਜਿਹੜਾ ਤੁਸੀਂ ਰਫ ਕਾਪੀ ਤੇ ਲਿਖਿਆ ਹੋਵੇ ਕਿਸੇ ਟਾਈਮ ਤੇ ਰਫ ਕਾਪੀਆਂ ਸਾਰੇ ਮਟੇਮਟੂ ਕੇ ਪਾਰਪੂਰ ਕੇ ਸੇਟ ਦਿੱਤੇ ਨੇ ਬਟ ਜਿਹੜਾ ਮੇਰਾ ਫਾਈਨਲ ਗਾਣਾ ਸੀ ਅੱਧੀ ਰਾਤੀ ਸੀ ਮੈਂ 16 ਸਾਲ ਦੀ ਸੀ ਜਦੋਂ ਮੈਂ ਅੱਧੀ ਰਾਤੀ ਲਿਖਿਆ ਜਿਹੜਾ ਤੁਸੀਂ ਗਾਣਾ ਸੁਣਿਆ ਬੋਹੀਮੀਆ ਦੇ ਨਾਲ 2012 ਵਿੱਚ ਜਿਹੜਾ ਰਿਲੀਜ਼ ਕੀਤਾ ਸੀ ਆਪਾਂ ਕੱਲ ਪਰਸੋਂ ਦੀ ਯਾਦ ਸਿ ਆਉਂਦੀ ਆਕੇ ਮੁਖੜਾ ਦਿਖਾ ਜਾ ਹਾਈ ਕਰਕੇ ਵਾਦਾ ਭੁੱਲ ਨਾ ਜਾਵੀਂ ਅੱਜ ਦੀ ਰਾਤ ਤੂੰ ਆ ਜਾ ਤੈਨੂੰ ਵੇਖ ਮੈਨੂੰ ਸਾਜ ਜਾਵੇ ਦਿਲ ਵੀ ਮੇਰਾ ਖਿਲ ਜਾਵੇ ਇੱਕ ਦੋ ਗੱਲਾਂ ਕਹਿ ਜਾ ਇੱਕ ਦੋ ਮੇਰੀਆਂ ਵੀ ਸੁਣ ਜਾਵੇ ਅੱਧੀ ਰਾਤੀ ਪਿਛਲੀ ਗਲੀ ਵਿੱਚ ਆਕੇ ਮੈਨੂੰ ਮਿਲ ਜਾਵੇ ਇੱਕ ਦੋ ਗੱਲਾਂ ਕਹਿ ਜਾ ਇੱਕ ਦੋ ਮੇਰੀਆਂ ਵੀ ਸੁਣ ਜਾਵੇ ਬਿਲਕੁਲ ਜੀ ਆ ਸ਼ੁਰੂਆਤ ਦੇ ਵਿੱਚ ਕਾਫੀ ਹੰਗਾਰਾ ਮਿਲਿਆ ਸੀ ਇਸ ਗਾਣੇ ਨੂੰ ਬਟ ਜੇ ਅਸਲੀ ਗੱਲ ਕਰੀ ਤਾਂ ਪੀਟੀਸੀ ਪੰਜਾਬੀ ਪੀਟੀਸੀ ਮੋਸ਼ਨ ਪਿਕਚਰਜ਼ ਦੀ ਇੱਕ ਫਿਲਮ ਸੀਗੀ ਜ਼ੋਰਾਵਰ ਹਾਂਜੀ ਇਹਦਾ ਗਾਣਾ ਸੀਗਾ ਰਾਤ ਜਸ਼ਨ ਦੀ ਹਾਂਜੀ ਉਸ ਗਾਣੇ ਤੋਂ ਬਾਅਦ ਬਹੁਤ ਬੂਸਟ ਮਿਲਿਆ ਹਾਂਜੀ ਉਸ ਬੂਸਟ ਨੂੰ ਕਿਵੇਂ ਲੈਨੇ ਆ ਆਪਣੇ ਲਾਈਫ ਲਈ ਬਹੁਤ ਵਧੀਆ ਹਰ ਇੱਕ ਗਾਣੇ ਤੋਂ ਮੈਨੂੰ ਬੂਸਟ ਮਿਲਿਆ ਮੇਰਾ ਪਹਿਲਾ ਗਾਣਾ ਸੀ ਮੁਸਕਾਨ 2008 ਵਿੱਚ ਜਿਹੜਾ ਮੈਂ ਰਿਕਾਰਡ ਕੀਤਾ ਤੇ ਉਦੋਂ ਮੈਨੂੰ ਪਤਾ ਵੀ ਨਹੀਂ ਸੀ ਰਿਕਾਰਡ ਲੇਬਲ ਕੀ ਹੁੰਦੇ ਨੇ ਕੰਪਨੀਆਂਸ ਇਹ ਪ੍ਰੋਡਿਊਸਰਸ 뮤직 ਡਾਇਰੈਕਟਰਸ ਕੀ ਹੁੰਦੇ ਨੇ ਉਦੋਂ ਮੈਂ ਸ਼ ਉਸ ਗਾਣੇ ਤੋਂ ਮੈਨੂੰ ਬੜੀ ਸਪੋਰਟ ਮਿਲੀ ਫਿਰ ਗੁਲਾਬੀ ਆ ਪਲਮ ਕੀਤੀ ਜਿਹੜੀ ਆ ਅadhi raati ਜਿਹਦੇ ਚ ਸੀਗਾ ਉਹਦੇ ਚ ਬਹੁਤ ਸਪੋਰਟ ਮਿਲੀ ਫਿਰ ਜ਼ਰਾਵਰ ਦਾ ਗਾਣਾ ਆਇਆ ਰਾਜਸ਼ੰਦੀ ਸੁਪਰ ਡੂਪਰ ਬਲੌਕਬਸਟਰ ਹਿਟ ਬਿਲਕੁਲ ਆਮ ਸੱਚ ਆਮ ਆਮ ਸੋ ਬਲੇਸਟ ਆਮ ਸੱਚ ਅ ਲੱਕੀ ਗਰਲ ਯੂ ਨੋ ਹਨੀ ਸੇਂਗ ਆ ਹਵ ਟੂ ਥੈਂਕ ਹਿਮ ਯੂ ਨੋ ਹੀਸ ਬੀਨ ਸੱਚ ਅ ਬਲੇਸਿੰਗ ਇਨ ਮਾਈ ਲਾਈਫ ਬਿਕਾਜ਼ ਯੂ ਨੋ ਦੁਨੀਆ ਦੇ ਦੋ ਬਹੁਤ ਵੱਡੇ ਗਾਣੇ ਉਹਨੇ ਮੈਨੂੰ ਦਿੱਤੇ ਨੇ ਯੂ ਨੋ ਔਰ ਮਿਊਜ਼ਿਕ ਦੀ ਜੀ ਗੱਲ ਕਰੀਏ ਤੁਸੀਂ ਸ਼ੁਰੂ ਤੋਂ ਮਿਊਜ਼ਿਕ ਲਈ ਕ੍ਰੇਜ਼ੀ ਸੀਗੇ ਔਰ ਫੈਮਿਲੀ ਨੇ ਮੈਨ ਥੋੜਾ ਕਿ ਹੁਨੇ ਵੀ ਨਹੀਂ ਸਪੋਰਟ ਕਰਦੇ ਮੈਨੂੰ ਮੇਰੀ ਮੰਮੀ ਦੀ ਮੈਨੂੰ ਕੱਲ ਕਾਲ ਆਈ ਸੀ ਕਹਿੰਦੇ ਹੋਗੇ ਤਰਾ ਸ਼ੋਸ਼ੂ ਚਾ ਤਰਾ ਉੱਤਰ ਗਿਆ ਆ ਜਾ ਫੇਰ ਕਰ ਓਕੇ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਕੁਝ ਆਡ ਜੌਬਸ ਤੁਸੀਂ ਕੀਤੀਆਂ ਜੋ ਬਿਲਕੁਲ ਹਟ ਕੇ ਜਿਹੜੀਆਂ ਲੀਕ ਤੋਂ ਹਨ ਉਹਨਾਂ ਬਾਰੇ ਦੱਸੋ ਸਭ ਤੋਂ ਪਹਿਲੀ ਜੌਬ ਸੀ ਮੇਰੀ ਇੱਕ ਜਰਸੀ ਸਟੋਰ ਸੀ ਜਿੱਥੇ ਜਿੱਦਾਂ ਫੁੱਟਬਾਲ ਤੇ ਬਾਸਕਟਬਾਲ ਜਰਸੀਜ਼ ਮਿਲਦੀਆਂ ਰਾਈਟ ਸੋ ਆਈ ਯੂਸ ਟੂ ਸੈਲ ਦੋਸ ਜਿੰਨੀਆਂ ਜਰਸੀਜ਼ ਵੇਚੀਆਂ ਉਨਹੀਂ ਕਮਿਸ਼ਨ ਮੈਨੂੰ ਮਿਲੀ ਰਾਈਟ ਸੋ ਦੈਟ ਵਾਸ ਮਾਈ ਫਰਸਟ ਜੌਬ ਫਿਰ ਮੈਂ ਸ਼ੂ ਵੇਚੇ ਇੱਕ ਸਟੋਰ ਹੁੰਦਾ ਸੀ ਸ਼ੇਕਸ ਸ਼ੇਕਸ ਕਰਕੇ ਆਪਣਾ ਇਥੇ ਕੈਲੀਫੋਰਨੀਆ ਆਈ ਯੂਸ ਟੂ ਸੈਲ ਸ਼ੂਜ਼ ਜਿੰਨੇ ਸ਼ੂਜ਼ ਵੇਚੇ ਦੈਨ ਯੂ ਯੂ ਗੈਟ ਅ ਕਮਿਸ਼ਨ ਫੋਰ ਇਟ ਸੋ ਮੇਰੀ ਜੌਬ ਹਮੇਸ਼ਾ ਬੜੀ ਕੰਪੀਟੀਟਿਵ ਹੁੰਦੀ ਸੀ 올 द टाइम ਇਫ ਯੂ ਵਰਕ ਹਾਰਡ ਇਫ ਯੂ ਵਰਕ ਸਮਾਰਟ ਯੂ ਮੇਕ ਦ ਮਨੀ ਯੂ نو ਸੋ ਇੱਕ ਬਹੁਤ ਇੰਪੋਰਟੈਂਟ ਜੌਬ ਜਿਹੜੀ ਮੈਂ ਛੱਡੀ 뮤ਜ਼ਿਕ ਵਾਸਤੇ ਵਾਸ ਟੀਚਿੰਗ ਆਈ ਯੂਸ ਟੂ ਟੀਚ ਲਿਟਲ ਕਿਡਸ ਬੰਚੇਸ ਹਾਲ ਦੇ ਬੱਚਿਆਂ ਨੂੰ ਮੈਂ 2 ਸਾਲ ਪੜਾਇਆ ਹੈ ओके ਹਾਂਜੀ ਸੋ ਟੀਚਿੰਗ ਕਰਦੇ ਹੋਏ ਮਤਲਬ ਅਕਸਰ ਗਾਉਂਦੇ ਰਹਿੰਦੇ ਸੀਗੇ ਟੀਚਿੰਗ ਕਰਦੇ ਹੋਏ ਮੈਂ ਅਕਸਰ ਲਿਖਦੀ ਰਹਿੰਦੀ ਸੀ ਤੇ ਉਹਨਾਂ ਨੇ ਮੈਨੂੰ ਜੌਬ ਤੋਂ ਫਾਇਰ ਕਰ ਹੀ ਦੇਣਾ ਸੀ ਉਹ ਕਹਿੰਦੇ ਸੀ ਪੇ ਅਟੈਂਸ਼ਨ ਤੇ ਕਰਦੀ ਨਹੀਂ ਬੱਚੇ ਪਤਾ ਨਹੀਂ ਕੀ ਪੜ੍ਹੀ ਜਾਂਦੇ ਨੇ ਆਪਣੇ ਆਪ ਹੀ ਉਹਨਾਂ ਨੇ ਮੈਨੂੰ ਕੱਢ ਦੇਣਾ ਹੀ ਜੌਬ ਤੋਂ ਕਿਉਂਕਿ ਮੈਂ ਜੌਬ 'ਚ ਬਹੁ ਬਰੀ ਮੈਨੂੰ ਫਾਇਰ ਵੀ ਕੀਤਾ ਗਿਆ ਕਾਜ਼ ਆਈ ਵੂਡਨਟ ਪੇ ਅਟੈਂਸ਼ਨ ਕੋਈ ਗਾਣਾ বাজ ਰਿਹਾ ਸਪੀਕਰਾਂ ਤੇ ਮੈਂ ਆਪਣਾ ਗਾਣਾ ਲਿਖ ਰਹੀ ਆ ਫੋਨ ਤੇ ਰਿਕਾਰਡ ਕਰ ਰਹੀ ਆ ਸੋ ਆਈ ਵਾਸਨਟ ਰੀਲੀ ਸੀਰੀਅਸ ਅਬਾਊਟ ਐਨੀਥਿੰਗ ਇਨ ਮਾਈ ਲਾਈਫ ਅੰਟਿਲ ਦਿਸ 뮤직 ਕੈਰੀਅਰ ਹਾਪਨ ਸੋ ਟੀਚਿੰਗ ਕੀਤੀ ਮੈਂ ਐਂਡ ਆਈ ਯੂਸ ਟੂ ਰਾਈਟ ਅ ਲੋਟ ਫਿਰ ਮੈਂ ਛੱਡ ਦਿੱਤੀ ਇੱਕ ਦਿਨ ਜੌਬ ਆਈ ਜਸਟ ਥੋਟ ਥੈਟ ਯੂ نو ਆਈ ਨੀਡ ਟੂ ਬੀ ਓਨੈਸਟ ਹੁਣ ਆ ਗਿਆ ਟਾਈਮ ਕਿ ਆਈ ਨੀਡ ਟੂ ਗਿਵ ਮਾਈ ਆਲ ਟੂ 뮤직